ਉਹਨਾਂ ਤੋਂ ਮੈਂ ਪੁੱਛਣਾ ਚਾਹਾਂ ਵੀ ਕਾਂਗਰਸ ਦੀ ਕੌਣ ਲੈ ਕੀਤਾ ਦਾ ਕਾਂਗਰਸ ਧਰਨਾ ਦਾ ਲਾਉਣਾ ਸੀ ਕਾਂਗਰਸ ਦੇ ਖਿਲਾਫ ਹੁਣ ਪੁੱਛੋ ਸੁਖਬੀਰ ਕੋਈ ਲੱਗ ਕਾਂਗਰਸ ਦੇ ਖਿਲਾਫ ਬੋਲਿਆ ਇੰਡੀਆ ਤੋਂ ਬਿਨਾਂ ਹੋਰ ਕੋਈ ਲੱਭਿਆ ਹੀ ਨਹੀਂ ਉਹਨੂੰ ਔਰ ਉਹਨੇ ਇੱਥੋਂ ਤੱਕ ਕਿਹਾ ਕਿ ਅੱਜ ਢੀਂਡਿਆਂ ਦਾ ਭੋਗ ਪਾ ਚੁੱਕਿਆ ਅੱਜ ਉਹਨਾਂ ਦੀ ਅੰਤਮ ਅਰਦਾਸ ਕਰ ਚੱਲਿਆ ਤੇ ਮੈਂ ਕਿਹਾ ਸੀ ਉਸ ਤੋਂ ਬਾਅਦ ਵੀ ਕਿਹਾ ਦੋ ਜਗ੍ਹਾ ਕਿਹਾ ਤੂੰ ਫਿਰ ਕਹਿਣਾ ਚਾਹੁੰਦਾ ਕਿ ਜਿੰਨੀ ਦੇਰ ਤੈਨੂੰ ਪੈਸੇ ਦਾ ਕਮਾਲ ਹੋ ਸਕਦਾ ਹੈ ਹੰਕਾਰੀ ਬਹੁਤ ਹੋ ਗਿਆ ਪੈਸੇ ਕਰਕੇ ਹੋ ਗਿਆ ਲੁੱਟਾਂ ਕਰਕੇ ਹੋ ਗਿਆ ਲੇਕਿਨ ਜਦੋਂ ਲੋਕਾਂ ਦਾ ਸੈਲਾਬ ਉੱਠਦਾ ਜਦੋਂ ਲੋਕ ਉੱਠਦੇ ਨੇ ਤੇ ਉਹਦੇ ਸਾਹਮਣੇ ਨਾ ਪੈਸਾ ਨਾ ਕੋਈ ਚੀਜ਼ ਰੱਖਦੀ ਨਹੀਂ ਕਿ ਤੇਰਾ ਹੰਕਾਰ ਵੀ ਟੁੱਟੂਗਾ ਔਰ ਤੇਰੇ ਹੰਕਾਰ ਨੂੰ ਤੇਈ ਤਾਰੀਖ ਨੂੰ ਤੋੜਾਂਗੇ ਅੱਜ ਸੁਖਬੀਰ ਸਿੰਘ ਬਾਦਲ ਕਹਿੰਦਾ ਮੈਂ ਸੁਖਦੇਵ ਸਿੰਘ ਢੀਂਡੇ ਨੂੰ ਆਹ ਦਿੱਤਾ ਆ ਦਿੱਤਾ ਮੈਂ ਰਣਜੀਤ ਸਿੰਘ ਵਰਮੇ ਨੂੰ ਮੰਤਰੀਆਂ ਦਿੱਤੀ ਆਹ ਦਿੱਤਾ ਤੇ ਉਹਨੂੰ ਪੁੱਛਿਆ ਵੀ ਮੈਂ ਉਹਨੂੰ ਪੁੱਛਿਆ ਸੀ ਕਿ ਇੱਕ ਦਿਨ ਦੀ ਜਿਲ੍ਹੇ ਦੇ ਦੱਸ ਦੇ ਉਹ ਅਕਾਲੀ ਦਲ ਦਾ ਇਤਿਹਾਸ ਹੀ ਦੱਸ ਦੇ ਇਹ ਅਕਾਲੀ ਦਲ ਦਾ ਇਤਿਹਾਸ ਕੀ ਹੈ ਕਿ ਇਹਦਾ ਲੜਾਈ ਲੜ ਕੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਬਣਿਆ ਸੀ ਔਰ ਕਿੰਨੀਆਂ ਕੁਰਬਾਨੀਆਂ ਹੋਈਆਂ ਸੀ ਤੇ ਜਿਹੜੇ ਸਾਰੀ ਉਮਰ ਅੱਜ ਮੈਂ ਹੁਣ ਦੱਸ ਕੇ ਗਿਆ ਸੁਧਾ ਰਵਿੰਦਰ ਸਿੰਘ ਜਿਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਕਾਂਗਰਸੀਆਂ ਦੇ ਜਿਹੜੇ ਪਹਿਲੀ ਵਾਰ ਬਣੇ ਵੀ ਕਾਂਗਰਸ ਵਿੱਚ ਤੇ ਸਰਦਾਰ ਬਹਾਦਰ ਉਹ ਅੱਜ ਅਕਾਲੀ ਹੋ ਗਏ ਭਾਵੇਂ ਸਾਡਾ ਲੋਕ ਪੱਲੀ ਅਜੇ ਨਹੀਂ ਆਏ ਬੈਂਸ ਭਰਾ ਉਹ ਵੀ ਇਸ ਗੱਲ ਤੇ ਸਹਿਮਤ ਨੇ ਔਰ ਹੋਰ ਵੀ ਬਹੁਤ ਸਹਿਮਤ ਨੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਕੋਰ ਕਮੇਟੀ ਦੀ ਮੀਟਿੰਗ ਚ ਕਿਹਾ ਸੁਖਬੀਰ ਨੇ ਕਿ ਇਹ ਜਿਹੜੇ ਸੀਨੀਅਰ ਬੰਦੇ ਨੇ ਮੈਨੂੰ ਪ੍ਰਧਾਨ ਮੰਨਦੇ ਨਹੀਂ ਮੈਂ ਕਿਹਾ ਮੰਨਦੇ ਨਹੀਂ ਅਸੀਂ ਬਣਾਉਣ ਵਾਲੇ ਹਾਂ ਤੈਨੂੰ ਅਸੀਂ ਤੈਨੂੰ ਪ੍ਰਧਾਨ ਬਣਾਇਆ ਪਰ ਸਾਨੂੰ ਨਹੀਂ ਸੀ ਪਤਾ ਵੀ ਇਹ ਹਾਲਾਤ ਹੋ ਜਾਣਗੇ ਮੈਂ ਉਸ ਦਿਨ ਕਿਹਾ ਸੀ ਕਿ ਇਹਨਾਂ ਕੋਲ ਹੋਰ ਆਪਣੇ ਖਿਲਾਫ਼ ਕੁਛ ਨਹੀਂ ਬੋਲਣ ਨੂੰ ਕਦੇ ਕਹਿਣਗੇ ਕਾਂਗਰਸ ਦੇ ਏਜੰਟ ਨੇ ਕਦੇ ਕਹਿਣਗੇ ਬੀਜੇਪੀ ਦੇ ਏਜੰਟ ਨੇ ਕਦੇ ਕੋਈ ਇਸ ਤਰ੍ਹਾਂ ਦਾ ਦੂਸ਼ਣ ਹੋਰ ਲਾਉਣਗੇ ਕਿਉਂਕਿ ਸਾਡੀ ਜ਼ਿੰਦਗੀ ਸਾਫ਼ ਸੁਥਰੀ ਰਹੀ ਹੈ ਸਾਡੇ ਤੇ ਹੋਰ ਕੋਈ ਇਲਜ਼ਾਮ ਨਹੀਂ ਲਾ ਸਕਦੇ ਇੱਕ ਦਿਨ ਕਿਸੇ ਨੂੰ ਮਿਲ ਨਹੀਂ ਦਿੱਤਾ ਨਾ ਜੇਲ੍ਹ ਦੇ ਅੰਦਰ ਨਾ ਜੇਲ੍ਹ ਤੋਂ ਸਾਡੇ ਰਿਸ਼ਤੇਦਾਰ ਨੂੰ ਕਿਸੇ ਨੂੰ ਮਿਲ ਨਹੀਂ ਦਿੱਤਾ ਲੇਕਿਨ ਅੱਜ ਉਹ ਸਾਨੂੰ ਕਹਿੰਦਾ ਹੈ ਕਿ ਅਸੀਂ ਮੈਂ ਦਿੱਤਾ ਮੈਂ ਆ ਦਿੱਤਾ ਮੈਂ ਮਨਿਸਟਰ ਬਣਾਏ ਮੈਂ ਲੋਕ ਸਭਾ 'ਚ ਭੇਜਿਆ ਮੈਂ ਰਾਜ ਸਭਾ 'ਚ ਭੇਜਿਆ ਉਹ ਸੁਖਬੀਰ ਕਹੇ ਜਿਹਨੇ ਅੱਜ ਤੱਕ ਕਦੇ ਕੋਈ ਅਕਾਲੀ ਦਲ ਦੀ ਗੱਲ ਅਕਾਲੀ ਦਲ ਦੇ ਮੋਰਚੇ ਵਿੱਚ ਅਕਾਲੀ ਦਲ ਦੇ ਕਿਸੇ ਖਬਰ 'ਚ ਹਿੱਸਾ ਪਾਇਆ ਹੋਵੇ ਤਾਂ ਮੈਂ ਬੜਾ ਗਾਰਾ ਜੇ ਕਿਤੇ ਸਾਬਤ ਕਰ ਦਿਆ ਸਾਡੇ ਭਰਾ ਜਿਹਨਾਂ ਨਾਲ ਬੜਾ ਲੰਮਾ ਸਮਾਂ ਅਸੀਂ ਅਸੈਂਬਲੀ 'ਚ ਵੀ ਰਹੇ ਸਾਬਕਾ ਸਪੀਕਰ ਸਰਦਾਰ ਰਵਿੰਦਰ ਸਿੰਘ ਜੀ ਸੇਖਮਾ ਸਾਹਿਬ ਸਰਦਾਰ ਵੀਰ ਦਵਿੰਦਰ ਸਿੰਘ ਜੀ ਬੀਬੀ ਹਰਜੀਤ ਕੌਰ ਅਤੇ ਸਿਮਰਨਜੀਤ ਕੌਰ ਸਟੇਜ 'ਤੇ ਬਰਾਜ ਦੇ ਮੈਂ ਸਾਰਿਆਂ ਦੇ ਲਾਉਣ ਲੱਗਾ ਬਹੁਤ ਲੰਮਾ ਸਮਾਂ ਲੱਗਦਾ ਹੈ ਸਾਰੇ ਹੀ ਪਤਵੰਤੇ ਆਗੂ ਜਿਹੜੇ ਸਾਡੇ ਬੈਠੇ ਨੇ ਸਟੇਜ 'ਤੇ ਬਿਰਾਜਮਾਨ ਨੇ ਅਤੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਅਤੇ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਆਪਣੇ ਲੀਡਰ ਦੀ ਇੱਕ ਆਵਾਜ਼ 'ਤੇ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਹੋ ਕੇ ਇਹ ਦੱਸ ਦਿੱਤਾ ਕਿ ਸਾਡਾ ਲੀਡਰ ਰੋਡ ਅਕਾਲੀ ਹੈ ਔਰ ਜਿਹੜੇ ਸਾਡੇ ਤੇ ਜਿਵੇਂ ਸਰਦਾਰ ਰਵਿੰਦਰ ਸਿੰਘ ਹੋਰੀ ਕਹਿਣ ਗਏ ਨੇ ਰਵਿੰਦਰ ਸਿੰਘ ਹੋਰੀ ਕਿ ਬੜੇ ਇਲਜ਼ਾਮ ਲਾਉਂਦੇ ਨੇ ਤੇ ਉਹਨਾਂ ਤੋਂ ਕਿਤੇ ਪੁੱਛਿਓ ਕਿ ਇਲਜ਼ਾਮ ਲਾਉਣ ਵਾਲੇ ਕਿਤੇ ਅਕਾਲੀ ਦਲ 'ਚ ਸੀਗਾ ਕੋਈ ਇਹਨਾਂ 'ਚ ਫਿਰ ਤੁਸੀਂ ਕਹੋਗੇ ਸਾਨੂੰ ਕਈ ਵਾਰੀ ਪ੍ਰੈਸ ਵਾਲੇ ਵੀ ਪੁੱਛਦੇ ਨੇ ਮੈਂ ਤੇ ਸਰਦਾਰ ਰਣਜੀਤ ਸਿੰਘ ਵਰਮਰਾ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਦੇ ਕੱਬੀ ਬਾਗਣੇ ਗਏ ਸੀ ਔਰ ਜਦੋਂ ਇੱਥੇ ਆਉਂਦੇ ਹੋਣਗੇ ਤੁਹਾਡੇ ਚਾਹੁੰਦੇ ਹੋਣਗੇ ਤੇ ਜ਼ਰੂਰ ਕਹਿੰਦੇ ਹੋਣਗੇ ਕਿ ਮੈਨੂੰ ਮੁੱਖ ਮੰਤਰੀ ਬਣਾਉਣ ਵਾਲੇ ਸਰਦਾਰ ਰਣਜੀਤ ਸਿੰਘ ਵਰਮਰਾ
ਜਦੋਂ ਮੇਰੇ ਹਲਕੇ ਜਾਂਦੇ ਸੀ, ਮੇਰੇ ਜ਼ਿਲ੍ਹੇ ਜਾਂਦੇ ਸੀ ਤੇ ਹਮੇਸ਼ਾ ਸਟੇਜ ਤੋਂ ਕਹਿੰਦੇ ਮੈਨੂੰ ਮੁੱਖ ਮੰਤਰੀ ਬਣਾਉਣ ਵਾਲੇ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ। ਲੇਕਿਨ ਅੱਜ ਉਹਨਾਂ ਨੂੰ ਅਸੀਂ ਬਹੁਤ ਮਾੜੇ ਲੱਗਣ ਲੱਗ ਗਏ। ਚਲੋ ਉਹ ਵੀ ਛੱਡੋ, ਕਿਉਂਕਿ ਕਿਸੇ ਐਸੇ ਥਾਵੇਂ ਫਸ ਗਏ ਜਿਹਦੇ 'ਚ ਅਸੀਂ 5 ਮੈਂਬਰ ਸੀ, ਜਿਹਦੇ 'ਚ 3 ਅੱਜ ਦੁਨੀਆਂ 'ਚ ਨਹੀਂ ਰਹੇ। ਨਾ ਬਡਾਲਾ ਸਾਹਿਬ ਰਹੇ ਨੇ, ਨਾ ਸਰਦਾਰ ਪ੍ਰਕਾਸ਼ ਸਿੰਘ ਬਜਿੰਡਾ ਰਹੇ ਨੇ, ਨਾ ਸਰਦਾਰ ਗੁਰਦੇਵ ਸਿੰਘ ਬਾਦਲ ਰਹੇ ਨੇ। ਅਸੀਂ ਦੋ ਹਾਂ, ਸਾਨੂੰ ਦੋਨਾਂ ਨੂੰ ਕਹਿੰਦੇ ਨੇ। ਇਹ ਨਹੀਂ ਹੈ ਕਿ ਸਾਡੀ ਕੋਈ ਘੱਟ ਕੁਰਬਾਨੀ ਸੀ, ਲੇਕਿਨ ਮੈਂ ਮਹਿਸੂਸ ਕਰਦਾ ਕਿ ਅਸੀਂ ਵੀ ਗੁਨਾਹਗਾਰ ਹਾਂ। ਕਿਉਂ ਗੁਨਾਹਗਾਰ ਹਾਂ? ਕਿ ਸਾਨੂੰ ਸਰਦਾਰ ਬਾਦਲ ਨੇ ਭਰੋ ਕੇ ਇਹ ਕਿਹਾ ਕਿ ਮੇਰੇ ਤੋਂ ਦੋਨੇ ਚੀਜ਼ਾਂ ਨਹੀਂ ਨਿਭਦੀਆਂ। ਆਹ ਮੁੰਡਾ ਨੌਜਵਾਨ ਹੈ, ਇਹਨੂੰ ਪ੍ਰਧਾਨ ਬਣਾ ਲਈਏ ਤੇ ਇਹਦਾ ਕੰਮ ਦੇਖ ਲਓ, ਤੇ ਜੇ ਚੰਗਾ ਲੱਗੇ ਪਲ ਬਾਹਰੋਂ ਪੜ੍ਹ ਕੇ ਆਇਆ ਤੇ ਅਸੀਂ ਵੀ ਉਹਨਾਂ ਦੇ ਗੱਲ ਵਿੱਚ ਆ ਗਏ ਤੇ ਸਾਡੇ ਚੋਂ ਇੱਕ ਨੇ ਪ੍ਰਪੋਜ਼ ਕੀਤਾ ਨਾ, ਉਹ ਇੱਕ ਨੇ ਸੈਕਿੰਡ ਕੀਤਾ। ਕੋਰ ਕਮੇਟੀ ਦੀ ਮੀਟਿੰਗ ਚ ਕਿਹਾ ਸੁਖਬੀਰ ਨੇ, ਇਹ ਜਿਹੜੇ ਸੀਨੀਅਰ ਬੰਦੇ ਨੇ ਮੈਨੂੰ ਪ੍ਰਧਾਨ ਮੰਨਦੇ ਨੀ। ਮੈਂ ਕਿਹਾ ਮੰਨਦੇ ਨਹੀਂ ਅਸੀਂ ਬਣਾਉਣ ਵਾਲਿਆਂ ਤੈਨੂੰ, ਅਸੀਂ ਤੈਨੂੰ ਪ੍ਰਧਾਨ ਬਣਾਇਆ ਪਰ ਸਾਨੂੰ ਨਹੀਂ ਸੀ ਪਤਾ ਵੀ ਇਹ ਹਾਲਾਤ ਹੋ ਜਾਣਗੇ। ਅੱਜ ਸੁਖਬੀਰ ਸਿੰਘ ਬਾਦਲ ਕਹਿੰਦਾ ਮੈਂ ਸੁਖਦੇਵ ਸਿੰਘ ਢੀਂਡਸੇ ਨੂੰ ਆਹ ਦਿੱਤਾ ਆਹ ਦਿੱਤਾ, ਮੈਂ ਰਣਜੀਤ ਸਿੰਘ ਵਰਮੇ ਨੂੰ ਮੰਤਰੀਆਂ ਦਿੱਤੀਆਂ ਆਹ ਦਿੱਤਾ। ਤੇ ਉਹਨੂੰ ਪੁੱਛਿਆ ਵੀ ਮੈਂ ਉਹਨੂੰ ਪੁੱਛਿਆ ਸੀ ਕਿ ਇੱਕ ਦਿਨ ਦੀ ਜਿਹੜੇ ਦੇਹ ਦੱਸ ਦੇ, ਉਹ ਅਕਾਲੀ ਦਲ ਦਾ ਇਤਿਹਾਸ ਹੀ ਦੱਸ ਦੇ ਕਿ ਅਕਾਲੀ ਦਲ ਦਾ ਇਤਿਹਾਸ ਕੀ ਹੈ, ਕਿ ਇਹਦਾ ਲੜਾਈ ਲੜ ਕੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਬਣਿਆ ਸੀ ਔਰ ਕਿੰਨੀਆਂ ਕੁਰਬਾਨੀਆਂ ਹੋਈਆਂ ਸੀ। 500 ਕੁਰਬਾਨੀਆਂ ਹੋਈਆਂ ਜਦੋਂ ਗੁਰੂ ਘਰ ਆਜ਼ਾਦ ਕਰਾਏ ਨੇ, ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ ਰੱਖੀ ਸੀ। ਲੇਕਿਨ ਕੀ ਸੁਖਬੀਰ ਦੇ ਆਲੇ ਦੁਆਲੇ ਕੋਈ ਤੁਹਾਨੂੰ ਅਕਾਲੀ ਨਜ਼ਰ ਆਉਂਦਾ? ਤੇ ਲੇਕਿਨ ਸਾਡਾ ਇਹ ਇਤਿਹਾਸ ਹੈ। ਅੱਜ ਸਰਦਾਰ ਬੀਰ ਦਵਿੰਦਰ ਸਿੰਘ ਜੀ ਬੈਠੇ ਨੇ, ਮੈਂ 1972 ਵਿੱਚ ਆਜ਼ਾਦ ਇਲੈਕਸ਼ਨ ਲੜਿਆ ਸੀ, ਮੇਰੀ ਮਦਦ ਦੇ ਦਿੰਦੇ, ਮੇਰੇ ਨਾਲ ਕੋਈ ਨਹੀਂ ਸੀ। ਦੋ ਫੈਡਰੇਸ਼ਨ ਦੇ ਹੁੰਦੇ ਕੇ ਹੁੰਦੇ, ਇੱਕ ਇੱਥੇ ਤੁਹਾਡੇ ਜ਼ਿਲ੍ਹੇ ਦੇ ਸੀ ਫੈਡਰੇਸ਼ਨ, ਮੇਰਾ ਨਾਮ ਭੁੱਲ ਗਿਆ, ਅਨੰਤਵੀਰ। ਸਿਰਫ ਦੋ ਹੁੰਦੇ ਸੀ ਜਿਹੜੇ ਮੇਰੀ ਸਟੇਜ ਤੇ ਸਪੀਚ ਕਰਦੇ ਹੁੰਦੇ ਸੀ। ਮੈਂ ਇੰਡੀਪੈਂਡੈਂਟ ਜਿੱਤ ਕੇ 3 ਮਹੀਨਿਆਂ ਦੇ ਅੰਦਰ ਅੰਦਰ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ, ਜਦੋਂ ਸਿਰਫ 23 ਮੈਂਬਰ ਸੀ ਸ਼੍ਰੋਮਣੀ ਅਕਾਲੀ ਦਲ ਦੇ, 24 ਮੈਂ ਹੋਇਆ ਸੀ ਤੇ ਅਸੀਂ ਤਾਂ ਅੱਜ ਕਾਂਗਰਸੀ ਹੋ ਗਏ। ਤੇ ਜਿਹੜੇ ਸਾਰੀ ਉਮਰ ਅੱਜ ਮੈਂ ਹੁਣ ਦੱਸ ਕੇ ਗਿਆ, ਸਰਦਾਰ ਰਵਿੰਦਰ ਸਿੰਘ ਜਿਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਕਾਂਗਰਸੀਆਂ ਦੇ, ਜਿਹੜੇ ਪਹਿਲੀ ਵਾਰ ਬਣੇ ਵੀ ਕਾਂਗਰਸ ਵਿੱਚ ਤੇ ਸਰਦਾਰ ਬਾਦਲ, ਉਹ ਅੱਜ ਅਕਾਲੀ ਹੋ ਗਏ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹ ਸਾਬਤ ਕਰ ਦਿੱਤਾ। ਮੈਂ ਇੱਥੇ 14 ਤਾਰੀਖ ਨੂੰ ਅਸੀਂ ਸਾਰੀ ਸਟੇਜ ਤੇ ਬੋਲੇ ਹਾਂ, ਬਹੁਤੇ ਸੱਜਣ ਤੁਹਾਡੇ ਚੋਂ ਵੀ ਹੋਣਗੇ ਉਸ ਦਿਨ। ਮੈਂ ਉਸ ਦਿਨ ਕਿਹਾ ਸੀ ਕਿ ਇਹਨਾਂ ਕੋਲ ਹੋਰ ਆਪਣੇ ਖਿਲਾਫ਼ ਕੁਛ ਨਹੀਂ ਬੋਲਣ ਨੂੰ, ਕਦੇ ਕਹਿਣਗੇ ਕਾਂਗਰਸ ਦੇ ਏਜੰਟ ਨੇ, ਕਦੇ ਕਹਿਣਗੇ ਬੀਜੇਪੀ ਦੇ ਏਜੰਟ ਨੇ, ਕਦੇ ਕੋਈ ਇਸ ਤਰ੍ਹਾਂ ਦਾ ਦੂਸ਼ਣ ਹੋਰ ਲਾਉਣਗੇ, ਕਿਉਂਕਿ ਸਾਡੀ ਜ਼ਿੰਦਗੀ ਸਾਫ਼ ਸੁਥਰੀ ਰਹੀ ਹੈ। ਸਾਡੇ ਤੇ ਹੋਰ ਕੋਈ ਇਲਜ਼ਾਮ ਨਹੀਂ ਲਾ ਸਕਦੇ, ਸਾਡੇ ਕੋਈ ਹੋਰ ਗੱਲੋਂ ਮਾੜਾ ਨਹੀਂ ਕਹਿ ਸਕਦੇ। ਔਰ ਤੁਹਾਨੂੰ ਮੈਂ ਯਕੀਨ ਦਿਵਾਉਂਦਾ ਕਿ ਜਿਹੜੇ ਇਸ਼ੂ ਨੂੰ ਲੈ ਕੇ ਅਸੀਂ ਚੱਲੇ ਹਾਂ, ਤੁਹਾਡੀ ਸਪੋਰਟ ਦੇ ਨਾਲ ਉਹਨੂੰ ਪੂਰਾ ਕਰਕੇ ਰਹਿਣਾ। ਥੋੜ੍ਹਾ ਜਿਹਾ ਮੈਂ ਤੁਹਾਡੇ ਸਾਹਮਣੇ ਦੱਸਦਿਆਂ ਕਿ ਕੁਝ ਜਥੇਬੰਦੀਆਂ ਐਸੀਆਂ ਨੇ ਜਿਹੜੀਆਂ ਕਹਿੰਦੇ ਸਿਰਫ ਤੁਹਾਡੇ ਨਾਲ ਅਸੀਂ ਸ਼੍ਰੋਮਣੀ ਕਮੇਟੀ ਤੱਕ ਸੰਬੰਧਿਤ ਹੈ। ਸਰਦਾਰ ਰਵਿੰਦਰ ਸਿੰਘ ਦਾ 1920 ਅਕਾਲੀ ਦਲ ਹੈ, ਇਹਨਾਂ ਕਿਹਾ ਸ਼੍ਰੋਮਣੀ ਅਕਾਲੀ, ਅਸੀਂ ਸ਼੍ਰੋਮਣੀ ਕਮੇਟੀ ਚੋਂ ਇਹਨਾਂ ਦਾ ਕਬਜ਼ਾ ਹਟਾਉਣ ਲਈ ਅਸੀਂ ਤੁਹਾਡੇ ਨਾਲ ਹੀ ਨਹੀਂ ਤੁਹਾਡੇ ਤੋਂ ਅੱਗੇ ਹੋ ਕੇ ਚੱਲੇ ਹਾਂ। ਭਾਈ ਰਣਜੀਤ ਸਿੰਘ ਜੋ ਜਹਦਾ ਰਹੇ ਨੇ ਕੱਲ੍ਹ ਤੱਕ ਦੱਸਦੇ, ਉਹ ਕਹਿੰਦੇ ਅਸੀਂ ਸ਼੍ਰੋਮਣੀ ਕਮੇਟੀ ਦੇ ਤੱਕ ਤੁਹਾਡੇ ਨਾਲ ਲੜਾਈ ਲੜਾਂਗੇ। ਸਰਦਾਰ ਫੂਲਕਾ ਸਾਹਿਬ ਜੋ MLA ਵੀ ਰਹੇ, ਆਮ ਆਦਮੀ ਪਾਰਟੀ ਦੇ ਲੀਡਰ ਵੀ ਰਹੇ,
ਉਹਨਾਂ ਨੇ ਕਿਹਾ ਸ਼੍ਰੋਮਣੀ ਕਮੇਟੀ ਦੀ ਲੜਾਈ ਤੱਕ ਅਸੀਂ ਤੁਹਾਡੇ ਨਾਲ ਹਾਂ। ਲੇਕਿਨ ਤਿੰਨ ਅਸੀਂ ਜਥੇਬੰਦੀਆਂ, ਚਾਰ ਜਥੇਬੰਦੀਆਂ ਸੀ, ਤਿੰਨ ਟਕਸਾਲੀ ਅਕਾਲੀ ਦਲ ਅਸੀਂ ਹੋ ਗਏ, 1920 ਅਕਾਲੀ ਦਲ ਹੋ ਗਿਆ, ਅਤੇ ਸਾਡੇ ਨਾਲ ਹੋਰ ਵੀ ਆਉਣਗੇ। ਬਾਬਾ ਬੇਦੀ ਜੀ ਨੇ, ਬੇਦੀ ਜੀ ਜੋ ਗੁਰੂ ਨਾਨਕ ਸਾਹਿਬ ਦੀ ਅੰਸ ਬਣ ਚੋਰੇ, ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਸ਼੍ਰੋਮਣੀ ਕਮੇਟੀ ਤੱਕ ਜਿੱਥੇ ਜਿੱਥੇ ਕਹੋਗੇ, ਜਿਵੇਂ ਕਹੋਗੇ, ਮੈਂ ਤੁਹਾਡੇ ਨਾਲ ਇਸ ਇਸ਼ੂ 'ਤੇ। ਭਾਵੇਂ ਸਾਡੇ ਨਾਲ ਉੱਪਰਲੀ ਅਜੇ ਨਹੀਂ ਆਏ ਬੈਂਸ ਭਰਾ, ਉਹ ਵੀ ਇਸ ਗੱਲ 'ਤੇ ਸਹਿਮਤ ਨੇ, ਔਰ ਹੋਰ ਵੀ ਬਹੁਤ ਸਹਿਮਤ ਨੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਅਸੀਂ ਇਹ ਵੀੜਾ ਚੁੱਕਿਆ ਕਿ ਸ਼੍ਰੋਮਣੀ ਕਮੇਟੀ ਕਿਉਂ ਕਰਨਾ ਪਿਆ। ਅਸੀਂ ਤਾਂ ਰਿਟਾਇਰਮੈਂਟ 'ਤੇ, ਮੈਂ ਵੀ, ਬਰਮਪੁਰਾ ਜੀ ਵੀ, ਰਵਿੰਦਰ ਸਿੰਘ ਤਾਂ ਬੜੀ ਦੇਰ ਦੇ ਤਿਆਰ ਹੋਏ ਨੇ, ਅਸੀਂ ਵੀ ਰਿਟਾਇਰਮੈਂਟ ਲਈ ਬੈਠੇ ਸੀ। ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਕੁਛ ਹੋਇਆ ਸਭ ਨੂੰ ਪਤਾ, ਸਰਕਾਰ ਵਿੱਚ ਹੋਇਆ ਸਭ ਕੁਛ ਪਤਾ ਸੀ। ਲੇਕਿਨ ਜਦੋਂ ਸ਼੍ਰੋਮਣੀ ਕਮੇਟੀ ਨੂੰ ਲੁੱਟਣ ਲੱਗ ਗਏ, ਜਦੋਂ ਸ਼੍ਰੋਮਣੀ ਕਮੇਟੀ 'ਚ ਐਡੇ ਐਡੇ ਫਰਾਡ ਹੋਣ ਲੱਗੇ, ਐਡੇ ਐਡੇ ਸਕੈਂਡਲ ਹੋਣ ਲੱਗੇ, ਤੇ ਫਿਰ ਮਨ ਨੇ ਕਿਹਾ ਕਿ ਆਉਣ ਵਾਲੀਆਂ ਨਸਲਾਂ ਕੀ ਕਹਿਣਗੀਆਂ ਕਿ ਸਾਡੇ ਕੋਈ ਅਕਾਲੀ ਲੀਡਰ ਐਸਾ ਨਹੀਂ ਸੀ, ਕਿ ਕਿਵੇਂ ਲੁੱਟਿਆ ਜਾ ਰਿਹਾ, ਕਿਵੇਂ ਲੋਕਾਂ ਦਾ ਪੈਸਾ ਜਿਹੜਾ ਇੱਕ ਇੱਕ ਰੁਪਈਆ, ਪੰਜ ਪੰਜ ਰੁਪਏ ਮੱਥਾ ਟੇਕਦੇ ਆ, ਉਸ ਰੁਪਏ ਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ, ਕਿ ਕੀ ਕੋਈ ਵੀ ਐਸਾ ਲੀਡਰ ਨਹੀਂ ਸੀ ਜਿਹੜਾ ਇਹ ਕਹਿ ਸਕੇ ਕਿ ਇਹ ਗਲਤ ਹੋ ਰਿਹਾ। ਇਸ ਕਰਕੇ ਸਾਨੂੰ ਉੱਠਣਾ ਪਿਆ, ਇਹ ਵੀ ਫੈਸਲਾ ਕੀਤਾ ਕਿ ਨਾ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਨੀ ਹੈ, ਨਾ MLA ਦੀ ਲੜਨੀ ਹੈ, ਨਾ ਮੈਂਬਰ ਪਾਰਲੀਮੈਂਟ ਦੀ ਲੜਨੀ ਹੈ। ਲੇਕਿਨ ਇੰਨੀ ਦੇਰ, ਉੰਨੀ ਦੇਰ 'ਚ ਮੈਂ ਤੁਹਾਡੀ ਸਪੋਰਟ ਦੀ ਲੋੜ ਹੈ, ਕਿਉਂਕਿ ਜਨਤਾਣੀ ਸੁਖਬੀਰ ਨੇ ਸਾਡੇ ਸਕੂਲ 'ਚ ਪਹਿਲਾਂ ਵੀ ਵਾਅਦਾ ਕੀਤਾ, ਕਹਿ ਕੇ ਗਏ ਨੇ ਗੱਲ ਕਿ ਸਾਰੇ ਪੰਜਾਬ 'ਚੋਂ, ਗੁਰਦਾਸਪੁਰ ਤੋਂ, ਹੁਸ਼ਿਆਰਪੁਰ ਤੋਂ, ਉੱਥੋਂ ਤਾਂ ਜਾਣਾ ਹੀ ਸੀ, ਸਾਰਿਆਂ ਦੀ ਡਿਊਟੀ ਲਾਈ ਕਿ ਇੰਨੀਆਂ ਇੰਨੀਆਂ ਬੱਸਾਂ ਲੈ ਕੇ ਆਇਓ, ਅਤੇ ਉਹਨਾਂ ਨੇ ਸੰਗਰੂਰ ਵਿੱਚ ਇਕੱਠ ਕੀਤਾ। ਕੀਤਾ ਇਹ ਕਿ ਅਸੀਂ ਉਹਨਾਂ ਤੋਂ, ਮੈਂ ਪੁੱਛਣਾ ਚਾਹੁੰਦਾ ਵੀ ਕਾਂਗਰਸੀ ਕੌਣ ਨੇ, ਕੀਤਾ ਤਾਂ ਕਾਂਗਰਸ ਧਰਨਾ ਤਾਂ ਲਾਉਣਾ ਸੀ ਕਾਂਗਰਸ ਦੇ ਖਿਲਾਫ, ਉਹਨੂੰ ਪੁੱਛੋ ਸੁਖਬੀਰ ਕੋਈ ਲਫ਼ਜ਼ ਕਾਂਗਰਸ ਦੇ ਖਿਲਾਫ਼ ਬੋਲਿਆ, ਤਾਂ ਢੀਂਡ ਸਿਆਂ ਤੋਂ ਬਿਨਾਂ ਹੋਰ ਕੋਈ ਲੱਭਿਆ ਹੀ ਨਹੀਂ ਉਹਨੂੰ। ਔਰ ਉਹਨੇ ਇੱਥੋਂ ਤੱਕ ਕਿਹਾ ਕਿ ਅੱਜ ਢੀਂਡ ਸਿਆਂ ਦਾ ਭੋਗ ਪਾ ਚੱਕਿਆ, ਅੱਜ ਉਹਨਾਂ ਦੀ ਅੰਤਮ ਅਰਦਾਸ ਕਰ ਚੱਲਿਆ। ਅਤੇ ਮੈਂ ਕਿਹਾ ਸੀ, ਉਸ ਤੋਂ ਬਾਅਦ ਵੀ ਕਿਹਾ, ਦੋ ਜਗ੍ਹਾ ਕਿਹਾ, ਅੱਜ ਫਿਰ ਕਹਿਣਾ ਚਾਹੁੰਦਾ ਕਿ ਜਿੰਨੀ ਚਿਰ ਤੈਨੂੰ ਪੈਸੇ ਦਾ ਗੁਮਾਨ ਹੋ ਸਕਦਾ, ਹੰਕਾਰੀ ਬਹੁਤ ਹੋ ਗਿਆ, ਪੈਸੇ ਕਰਕੇ ਹੋ ਗਿਆ, ਲੁੱਟਾਂ ਕਰਕੇ ਹੋ ਗਿਆ, ਲੇਕਿਨ ਜਦੋਂ ਲੋਕਾਂ ਦਾ ਸੈਲਾਬ ਉੱਠਦਾ, ਜਦੋਂ ਲੋਕ ਉੱਠਦੇ ਨੇ, ਤੇ ਉਹਦੇ ਸਾਹਮਣੇ ਨਾ ਪੈਸਾ ਨਾ ਕੋਈ ਚੀਜ਼ ਉੱਠਦੀ ਨਹੀਂ, ਵੱਡੀਆਂ ਵੱਡੀਆਂ ਤਾਕਤਾਂ ਰੋੜ ਦਿੱਤੀਆਂ। ਇਸ ਕਰਕੇ ਸਾਨੂੰ ਭਰੋਸਾ ਆਪਣੇ ਇਸ ਸੰਗਤ 'ਤੇ, ਸਾਨੂੰ ਭਰੋਸਾ ਜਿਹੜੇ ਗੁਰੂ ਦੀ ਗੋਲਗੁਰੂ ਬਚਾਉਣ ਵਿੱਚ ਸਾਡਾ ਸਾਥ ਦੇ ਰਹੇ ਨੇ, ਉਹਨਾਂ ਦੇ ਪ੍ਰੋਸੈਸ ਕਰਕੇ ਤੇਰਾ ਹੰਕਾਰ ਵੀ ਟੁੱਟੂਗਾ, ਔਰ ਤੇਰੇ ਹੰਕਾਰ ਨੂੰ 23 ਤਾਰੀਖ ਨੂੰ ਤੋੜਾਂਗੇ। ਵੀਰੋ, ਮੈਂ ਬੇਨਤੀ ਕਰਦਾ ਕਿ ਅਸੀਂ ਸੰਗਰੂਰ ਜ਼ਿਲ੍ਹੇ ਦਾ ਕਰ ਰਹੇ ਹਾਂ ਇਕੱਠ, ਭਾਵੇਂ ਸੰਗਰੂਰ ਦਾ ਉਹਨਾਂ ਨੇ ਭਾਵੇਂ ਸਾਰੇ ਪੰਜਾਬ 'ਚੋਂ ਇਕੱਠ ਕੀਤਾ ਸੀ। ਇਹ ਨਹੀਂ ਹੈ ਕਿ ਸਾਡੇ ਬਾਹਰੋਂ ਕੋਈ ਗੱਡੀਆਂ ਆਪਣੀਆਂ ਕਾਰਾਂ ਵਿੱਚ ਲੋਕ ਆਉਣਗੇ, ਜਿਹੜੇ ਬਹੁਤ ਟੈਲੀਫੋਨ ਵੀ ਆਉਂਦੇ ਨੇ ਕਿ ਅਸੀਂ ਆਉਣਾ ਚਾਹੁੰਦੇ ਹਾਂ, ਉੱਧਰ ਦੇਖਣਾ ਚਾਹੁੰਦੇ ਹਾਂ। ਲੇਕਿਨ ਅਸੀਂ ਕੋਈ ਬੱਸ ਬਾਹਰੋਂ ਨਹੀਂ ਮੰਗਾ ਰਹੇ, ਕੋਈ ਬੱਸਾਂ ਨਹੀਂ ਆ ਰਹੀਆਂ, ਸਿਰਫ ਸੰਗਰੂਰ ਤੋਂ ਇਕੱਠ ਹੋ ਰਿਹਾ। ਸੰਗਰੂਰ ਵੀ ਬੱਸਾਂ ਕਿਹਦੀਆਂ? ਸਕੂਲਾਂ ਦੀਆਂ। ਵੀਰੋ, ਮੈਂ ਤੁਹਾਨੂੰ ਅੱਜ ਇੱਥੇ ਦੱਸਣਾ ਚਾਹੁੰਦਾ ਕਿ ਬਹੁਤੇ ਸਕੂਲਾਂ ਨੇ ਕਿਹਾ ਕਿ ਅਸੀਂ ਡੀਜ਼ਲ ਪਾ ਕੇ ਭੇਜਾਂਗੇ, ਬਹੁਤੇ ਲੋਕਾਂ ਨੇ ਕਿਹਾ ਕਿ ਸਾਡੇ ਕੋਲ, ਸਾਨੂੰ ਬੱਸ ਦੇ ਦਿਓ ਸਕੂਲ ਦੀ, ਡੀਜ਼ਲ ਅਸੀਂ ਪਾਵਾਂਗੇ। ਕੋਈ ਸਾਡੇ ਪੈਸਾ ਕਿਸੇ ਗੱਲ ਦਾ ਡੀਜ਼ਲ ਨਹੀਂ ਲਿਆ, ਲੇਕਿਨ ਉਹਨੇ ਕਿੰਨਾ 4-5 ਕਰੋੜ ਰੁਪਇਆ ਖਰਚ ਕਰਕੇ ਸਾਡੇ ਖਿਲਾਫ਼ ਇੱਕ ਕੀਤੀ ਸੀ, ਅਤੇ ਉਹਨੂੰ 23 ਤਾਰੀਖ ਨੂੰ ਅਸੀਂ ਦੱਸਾਂਗੇ। ਸੋ ਵੀਰੋ, ਮੈਨੂੰ ਪਤਾ ਕਿ ਸਰਦਾਰ ਬਰਮਪੁਰਾ ਅਤੇ ਮੈਂ, ਹੋਰ ਵੀ ਸਾਡੇ ਸੱਜਣ ਸੀ 10-12, ਇਹਨਾਂ ਨੂੰ ਤਾਂ ਸਭ ਤੋਂ ਵੀ ਪਹਿਲਾਂ ਐਸੇ ਹਾਲਾਤ ਵਿੱਚ ਵੀ ਨਿਕਲੇ ਜਦੋਂ ਇਹ ਨਹੀਂ ਪਤਾ ਸੀ ਕਦੋਂ ਮਾਰ ਦੇਣਗੇ, ਲੇਕਿਨ ਸਾਡੇ 'ਤੇ ਟਾੜਾ ਲਾ ਕੇ ਸਾਨੂੰ ਕਿਸੇ ਨੂੰ ਜੱਬਲਪੁਰ ਸੁੱਟਿਆ, ਇਹਨਾਂ ਨੂੰ ਮਹਾਰਾਸ਼ਟਰ ਪਤਾ ਨਹੀਂ ਕਿੱਥੇ ਲੈ ਕੇ ਗਏ, ਕਿਸੇ ਨੂੰ ਕਿਤੇ ਇਕੱਲੇ ਨੂੰ ਸਾਨੂੰ ਲੈ ਕੇ ਗਏ। ਅਤੇ ਸੁਖਬੀਰ ਨੂੰ ਪਤਾ ਵੀ ਇਸ ਤਰ੍ਹਾਂ ਦੀ ਜੇਲ ਕਦੀ ਕੋਈ ਕਿਸੇ ਨੇ ਕੱਟੀ ਹੈ, ਔਰ ਸਾਨੂੰ ਕਿਸੇ ਨੂੰ ਵੀ ਇੱਕ ਦਿਨ ਕਿਸੇ ਨੂੰ ਮਿਲ ਨਹੀਂ ਦਿੱਤਾ, ਨਾ ਜੇਲ੍ਹ ਦੇ ਅੰਦਰ, ਨਾ ਜੇਲ੍ਹ ਦੇ ਸਾਡੇ ਰਿਸ਼ਤੇਦਾਰ ਨੂੰ ਕਿਸੇ ਨੂੰ ਮਿਲ ਨਹੀਂ ਦਿੱਤਾ। ਲੇਕਿਨ ਅੱਜ ਉਹ ਸਾਨੂੰ ਕਹਿੰਦਾ ਕਿ ਮੈਂ ਦਿੱਤਾ,
ਮੈਂ ਆ ਦਿੱਤਾ, ਮੈਂ ਮਿਨਿਸਟਰ ਬਣਾਏ, ਮੈਂ ਲੋਕ ਸਭਾ ਚ ਭੇਜਿਆ, ਮੈਂ ਰਾਜ ਸਭਾ ਚ ਭੇਜਿਆ। ਉਹ ਸੁਖਬੀਰ ਕਹੇ ਜਿਹਨੇ ਅੱਜ ਤੱਕ ਕਦੇ ਕੋਈ ਅਕਾਲੀ ਦਲ ਦੀ ਗੱਲ, ਅਕਾਲੀ ਦਲ ਦੇ ਮੋਰਚੇ ਵਿੱਚ, ਅਕਾਲੀ ਦਲ ਦੇ ਕਿਸੇ ਕੰਮ ਵਿੱਚ ਹਿੱਸਾ ਪਾਇਆ ਹੋਵੇ ਤਾਂ ਮੈਂ ਗੁਨਾਹਗਾਰ ਆ, ਜੇ ਕਿਤੇ ਸਾਬਤ ਕਰ ਦਿਓ। ਤੇ ਅੱਜ ਸੁਖਬੀਰ ਇਹ ਗੱਲਾਂ ਕਰੇ ਤੇ ਅੱਜ ਪੈਸੇ ਦੇ ਜ਼ੋਰ ਨਾਲ ਇਕੱਠੇ ਕਰਦਾ। ਪਰ ਤੁਸੀਂ ਵੀਰੋ ਆਪਦੇ ਟਰੈਕਟਰਾਂ ਤੇ ਆਏ ਹੋ, ਆਪਦੀਆਂ ਟਰਾਲੀਆਂ ਚ ਆਏ ਹੋ, ਤੇ ਲੇਕਿਨ ਇੱਥੇ ਦੋਨਾਂ ਨੇ ਧਰਨਾ ਮਾਰਨਾ ਨਾ, ਤੇ ਲਿਆਉਣਗੇ ਕਿੱਥੋਂ ਬੱਸਾਂ? ਸਾਰੇ ਬੱਸਾਂ ਭਰ ਕੇ ਲਿਆਉਣਗੇ, ਸਾਰੇ ਜ਼ਿਲ੍ਹਿਆਂ ਚੋਂ ਲਿਆਉਣਗੇ, ਇੱਥੇ ਸਾਬਤ ਇਹ ਕਰਨਗੇ ਕਿ ਅਸੀਂ ਇਕੱਠ ਕਰ ਲਿਆ। ਤੇ ਇਸ ਕਰਕੇ ਉਹਨਾਂ ਗੱਲਾਂ 'ਚ ਨਹੀਂ, ਸਾਨੂੰ ਲੋਕਾਂ ਦੀ, ਲੋਕਾਂ 'ਤੇ ਵਿਸ਼ਵਾਸ ਹੈ। ਪੰਜਾਬ ਦੇ ਜਦੋਂ ਖੜੇ ਹੋ ਜਾਂਦੇ ਨੇ ਫਿਰ ਇਹਨਾਂ ਮੂਹਰੇ ਕੋਈ ਨਹੀਂ ਹਲ ਸਕਦਾ। ਇਸ ਕਰਕੇ ਮੈਂ ਬਹੁਤਾ ਟਾਈਮ ਲਾ ਲਵਾਂ ਕਿਉਂਕਿ ਤੁਸੀਂ ਬਹੁਤ ਦੇਰ ਦੇ ਬੈਠੇ ਹੋ ਔਰ ਤੁਸੀਂ ਆਪਣੇ ਲੀਡਰ ਨੂੰ, ਉਹਨੂੰ ਅਸਲ ਵਿਚਾਰ ਸੁਣਨੇ ਨੇ। ਇਸ ਕਰਕੇ ਵੀਰੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਓ ਉੱਠੋ, ਉਹਨਾਂ ਦਾ ਹੰਕਾਰ ਤੋੜੀਏ ਔਰ ਆਪਣੇ ਗੁਰੂ ਘਰ ਯਾਦ ਕਰਾਈਏ। ਇੱਕ ਮੈਨੂੰ ਦੱਸ ਦਿਓ, ਉਹ ਕਹਿੰਦਾ ਜੀ, ਕਹਿੰਦੇ ਇੱਕ ਗੱਲ ਕਿ ਤਿੰਨੇ ਬੰਦੇ ਇਕੱਠੇ ਹੈ, ਹੋਰ ਤਾਂ ਕੋਈ ਕੋਰ ਕਮੇਟੀ ਬੋਲੇ ਹੀ ਨਹੀਂ। ਮੈਨੂੰ ਇਹ ਦੱਸ ਦਿਓ ਅਸੀਂ ਤਿੰਨੇ ਉੱਠੇ, ਮੈਂ ਬਲਪੁਰਾ ਜੀ ਦੇ ਸਿੱਖਵਾ ਸਾਹਿਬ ਬੈਠੇ ਨੇ, ਲੇਕਿਨ ਉਹਨਾਂ ਪੁੱਛੋ ਕੋਈ ਵੀ ਇਲੈਕਟ ਹੈਗਾ ਉਹਨਾਂ 'ਚ? ਇਲੈਕਟਡ ਹੈ, ਸਾਰੇ ਉਹਨੇ ਨੋਮੀਨੇਟ ਕੀਤੇ ਹੋਏ ਨੇ, ਉਹਨੇ ਆਪਦੇ ਚਮਚੇ ਨੋਮੀਨੇਟ ਕਰਕੇ ਕੋਰ ਕਮੇਟੀ ਇਸ ਤਰ੍ਹਾਂ ਦੀ ਬਣਾ ਲਈ ਵੀ ਕੋਈ ਬੋਲ ਹੀ ਨਾ ਸਕੇ। ਇਹ ਕਦੇ ਹੋਇਆ? ਕਦੇ ਵਿਧਾਨ ਸਾਰਾ ਅਕਾਲੀ ਦਲ ਦਾ ਵਿਧਾਨ ਤੋੜ ਦਿੱਤਾ? ਕੋਈ ਵਿਧਾਨ 'ਚ ਇਸ ਤਰ੍ਹਾਂ ਦੀ ਗੱਲ ਨਹੀਂ, ਸਿਰਫ ਦੋ ਮੈਂਬਰ ਵਿਧਾਨ ਕਰ ਸਕਦਾ ਹੁੰਦਾ ਸੀ, ਦੋ ਮੈਂਬਰ ਨੋਮੀਨੇਟ। ਇਸ ਕਰਕੇ ਵੀਰੋ ਬਹੁਤ ਗੁੱਸਾ ਨਾ ਕਹਿੰਦਾ ਹੋਇਆ, ਮੈਂ ਧੰਨਵਾਦ ਕਰਨਾ ਚਾਹੁੰਦਾ, ਤੁਹਾਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਬਰਪੁਰਾ ਜੀ ਦੇ ਇੱਕ ਆਵਾਜ਼ 'ਤੇ ਔਰ ਉਹਨਾਂ ਦੇ ਸਪੁੱਤਰ ਨੇ ਤੁਹਾਡੇ ਘਰਾਂ ਤੱਕ ਪਹੁੰਚਾਈ ਅਤੇ ਤੁਸੀਂ ਇੰਨੀ ਵੱਡੀ ਤਾਦਾਦ ਵਿੱਚ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।